ਤੇ ਸਿਰਫ ਇੱਕ ਮਹੀਨੇ ਵਿੱਚ ਦੂਜੀ ਵਾਰ ਉੱਤਰ ਪੱਛਮੀ ਓਨਟੇਰੀਓ ਵਿੱਚ ਪਿੰਕਾਸ਼ਿਕਮ ਫਸਟ ਨੇਸ਼ਨ ਦੇ ਵਾਸੀਆਂ ਨੂੰ ਨੇੜਲੀ ਜੰਗਲੀ ਅੱਗ ਤੋਂ ਧੂਏ ਕਾਰਨ ਬਾਹਰ ਕੱਢਣ ਲਈ ਕਿਹਾ ਗਿਆ ਰਿਮੋਟ ਕਮਿਊਨਿਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਗਰਭਵਤੀ ਔਰਤਾਂ ਅਤੇ ਉਹਨਾਂ ਦੀ ਸਾਹ ਪ੍ਰਣਾਲੀ ਸਮੱਸਿਆਵਾਂ ਸਮੇਤ ਕਮਜ਼ੋਰ ਨਿਵਾਸੀਆਂ ਨੂੰ ਤੁਰੰਤ ਪਰਿਵਾਰ ਸਮੇਤ ਬਾਹਰ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਵਿਨੀਪੈਗ ਸੂਬੇ ਵਿੱਚ ਜੰਗਲੀ ਅੱਗ ਦੇ ਧੂਏ ਨਾਲ ਪ੍ਰਭਾਵਿਤ ਦੋ ਮੈਨੀਟੋਬਾ ਫਸਟ ਨੇਸ਼ਨ ਕਮਿਊਨਿਟੀਆਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਕਈ ਲੋਕਾਂ ਨੂੰ ਵਿਨੀਪੈਗ ਦੇ ਦੂਜੇ ਇਲਾਕੇ ਵਿੱਚ ਲਿਆਉਣ ਦਾ ਕੰਮ ਜਾਰੀ ਹੈ ਕੈਨੇਡੀਅਨ ਰੈੱਡ ਕਰਾਸ ਉਹਨਾਂ ਦੀ ਮਦਦ ਕਰ ਰਿਹਾ ਫੈਡਰਲ ਸਰਕਾਰ ਦੇ ਪੱਖ ਉੱਤੇ ਰੈੱਡ ਕਰਾਸ ਹੀ ਮੈਨੀਟੋਬਾ ਫਸਟ ਨੇਸ਼ਨਸ ਨੂੰ ਡਿਜ਼ਾਸਟਰ ਰਿਲੀਫ ਮੁਹੱਈਆ ਕਰਵਾ ਰਹੀ ਹੈ ਉਹ ਵਿਨੀਪੈਗ ਦੇ ਹੋਟਲਾਂ ਵਿੱਚ ਆਉਂਦੇ ਨੇ ਮੈਨੀਟੋਬਾ ਅਤੇ ਨਾਰਥ ਵੈਸਟਰਨ ਓਨਟੇਰੀਓ ਵਿੱਚ ਅੱਗ ਲੱਗਣ ਕਾਰਨ ਉੱਥੋਂ ਦੇ ਲੋਕਾਂ ਦੀ ਸਥਿਤੀ ਬਹੁਤ ਮਾੜੀ ਹੈ ਸੂਬੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਨੀਟੋਬਾ ਵਿੱਚ 21 ਸਰਗਰਮ ਜੰਗਲੀ ਅੱਗਾਂ ਦੇ ਖੇਤਰ ਹਨ ਜਿਸ ਵਿੱਚ ਚਿੰਤਾ ਦਾ ਵਿਸ਼ਾ ਵਿਨੀਪੈਗ ਝੀਲ ਦੇ ਪੂਰਬ ਅਤੇ ਆਈਲੈਂਡ ਲੇਕ ਦੇ ਖੇਤਰ ਹਨ ਇਸ ਤੋਂ ਪਹਿਲਾਂ ਮਈ ਦੇ ਆਖੀਰ ਅਤੇ ਜੂਨ ਦੇ ਸ਼ੁਰੂ ਵਿੱਚ 2000 ਤੋਂ ਵੱਧ ਮੈਂਬਰਾਂ ਨੂੰ ਉਹਨਾਂ ਦੇ ਘਰਾਂ ਤੋਂ ਜਾਣ ਲਈ ਜ਼ਬਰਦਸਤੀ ਮਜਬੂਰ ਕੀਤਾ ਗਿਆ ਸੀ ਤੇ ਲੋਕ ਹੁਣ ਓਨਟੇਰੀਓ ਵਿੱਚੋਂ ਘਰ ਛੱਡ ਕੇ ਜਾ ਰਹੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਸਿਰਫ ਕੁਝ ਹਫ਼ਤੇ ਪਹਿਲਾਂ ਹੀ ਵਾਪਸ ਆਏ ਸਨ ਦ ਰੈੱਡ ਲੇਕ 23 ਵਾਲੀ ਥਾਂ ਉੱਤੇ ਲੱਗੀ ਅੱਗ 719 ਸਕੁਅਰ ਕਿਲੋਮੀਟਰ ਵਿੱਚ ਫੈਲ ਚੁੱਕੀ ਹੈ ਤੇ ਇਹ ਕਾਬੂ ਤੋਂ ਬਾਹਰ ਹੋ ਗਈ ਹੈ ਇਹ ਅੱਗ ਕੀਵੇਵਿਨ ਫਸਟ ਨੇਸ਼ਨ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਉੱਤੇ ਲੱਗੀ ਹੋਈ ਹੈ ਓਨਟੇਰੀਓ ਦੇ ਕੁਦਰਤੀ ਸੋਮਿਆਂ ਅਤੇ ਜੰਗਲਾਤ ਮੰਤਰਾਲੇ ਦੇ ਸਭ ਤੋਂ ਤਾਜ਼ੀ ਜਾਣਕਾਰੀ ਅਨੁਸਾਰ ਸਭ ਤੋਂ ਵੱਡਾ ਜੰਗਲੀ ਅੱਗ ਦਾ ਖੇਤਰ ਰੈੱਡ ਲੇਕ 39 ਹੈ ਜੋ 400 ਤੋਂ ਵੱਧ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਸਾਬਕਾ ਮੁਖੀ ਜੋਏ ਮੈਕਸ ਦੇ ਮੁਤਾਬਿਕ ਕੇਵੀਅਨ ਦੇ ਅੱਧਿਆਂ ਦੇ ਕਰੀਬ 450 ਨਿਵਾਸੀਆਂ ਨੂੰ ਟਿਮਿਜ਼ ਓਨਟੇਰੀਓ ਵਿੱਚ ਬਾਹਰ ਭੇਜਿਆ ਗਿਆ ਅਤੇ ਦੂਜੇ ਅੱਧ ਨੂੰ ਸੌਨ ਲੁੱਕਆਊਟ ਭੇਜਿਆ ਗਿਆ ਜਿੱਥੇ ਸਥਾਨਕ ਅਧਿਕਾਰੀ ਕਹਿੰਦੇ ਨੇ ਕਿ ਸ਼ਹਿਰ ਸਮਰੱਥਾ ਵਾਲਾ ਹੈ ਹਾਲਾਂਕਿ ਹੁਣ ਤੱਕ ਅੱਗ ਬੁਝਾਉਣ ਵਿੱਚ ਸਫਲਤਾ ਨਹੀਂ ਮਿਲੀ ਹੈ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਆਖਿਆ ਕਿ ਮਿਲਟਰੀ ਮਿੰਕੈਂਚਿਕਮ ਫਸਟ ਨੇਸ਼ਨ ਕਮਿਊਨਿਟੀ ਤੋਂ ਲੋਕਾਂ ਨੂੰ ਕੱਢਣ ਵਿੱਚ ਮਦਦ ਕਰੇਗੀ ਨੈਸ਼ਨਲ ਡਿਫੈਂਸ ਡਿਪਾਰਟਮੈਂਟ ਨੇ ਦੱਸਿਆ ਕਿ ਵੀ ਆਰਮੀ ਰੇਂਜਰਸ ਅਤੇ ਹਰਕਿਊਲਸ ਹੈਲੀਕਾਪਟਰ ਇਸ ਕੰਮ ਵਿੱਚ ਮਦਦ ਲਈ ਲਗਾਏ ਗਏ ਹਨ ਤੇ ਸਰੀ ਆਰਸੀਐਮਪੀ ਵੱਲੋਂ 38 ਸਾਲ ਦੇ ਜਸਪਾਲ ਸਿੱਧੂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਆਖਰੀ ਵਾਰ 2 ਜੁਲਾਈ ਨੂੰ ਸਵੇਰੇ 9:30 ਤੇ 152 ਏ ਸਟਰੀਟ ਦੇ 8600 ਬਲਾਕ ਵਿੱਚ ਦੇਖਿਆ ਗਿਆ ਪੁਲਿਸ ਵੱਲੋਂ ਜਾਰੀ ਜਸਪਾਲ ਸਿੱਧੂ ਦੇ ਹੁਲੀਏ ਮੁਤਾਬਕ ਉਸਦਾ ਕੱਦ 5'9" ਅਤੇ ਵਜ਼ਨ ਤਕਰੀਬਨ 73 ਕਿਲੋ ਹੈ ਵਾਲਾਂ ਦਾ ਰੰਗ ਕਾਲਾ ਅਤੇ ਅੱਖਾਂ ਭੂਰੀਆਂ ਦੱਸੀਆਂ ਜਾ ਰਹੀਆਂ ਨੇ ਜਸਪਾਲ ਸਿੱਧੂ ਦੇ ਅੰਤਮ ਵਾਰ ਦੇਖੇ ਜਾਣ ਵੇਲੇ ਨੀਲੀ ਸਵੈਟਸ਼ਰਟ ਅਤੇ ਜੀਨਸ ਪਹਿਨੀ ਹੋਈ ਸੀ ਜਸਪਾਲ ਸਿੱਧੂ ਦੇ ਪਰਿਵਾਰਕ ਮੈਂਬਰ ਅਤੇ ਪੁਲਿਸ ਉਸਦੀ ਸੁੱਖ ਸ਼ਾਂਤ ਪ੍ਰਤੀ ਬੇਹੱਦ ਚਿੰਤਤ ਹਨ ਜਿਸ ਨੂੰ ਲਗਾਤਾਰ ਦਵਾਈ ਦੀ ਜ਼ਰੂਰਤ ਪੈਂਦੀ ਹੈ ਉਹ ਕਦੇ ਵੀ ਲੰਮਾ ਸਮਾਂ ਆਪਣੇ ਪਰਿਵਾਰ ਦੇ ਸੰਪਰਕ ਤੋਂ ਦੂਰ ਨਹੀਂ ਰਿਹਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਸਪਾਲ ਸਿੱਧੂ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰੰਤ 604-599-0502 ਤੇ ਕਾਲ ਕੀਤੀ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 1-800-222-8477 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਸਰੀ ਵਿੱਚ ਬਹੁਤ ਜਲਦ ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਸੜਕ ਦਾ ਨਾਮ ਐਲਾਨਿਆ ਜਾ ਸਕਦਾ ਹੈ ਰਾਜ ਸਿੰਘ ਤੂਰ ਕਾਮਾਗਾਟਾ ਮਾਰੂ ਸਮਾਜ ਦੇ ਪਰਿਵਾਰਾਂ ਦੇ ਲਈ ਇੱਕ ਮੈਂਬਰ ਦੇ ਰੂਪ ਵਿੱਚ ਕਈ ਮਹੀਨੇ ਇਸ ਯਾਦਗਾਰ ਲਈ ਵਕਾਲਤ ਕਰ ਰਹੇ ਨੇ ਰਾਜ ਸਿੰਘ ਤੂਰ ਦੇ ਦਾਦਾ 1914 ਵਿੱਚ ਵੈਨਕੂਵਰ ਅੰਦਰ ਫਸੇ ਹੋਏ ਜਹਾਜ਼ ਦੇ ਯਾਤਰੀਆਂ ਵਿੱਚੋਂ ਇੱਕ ਸਨ ਜੋ ਕਿ ਪੰਜਾਬ ਤੋਂ 376 ਯਾਤਰੀਆਂ ਨੂੰ ਲੈ ਕੇ ਆਏ ਸਨ ਜਹਾਜ਼ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਅਤੇ ਭਾਰਤ ਪਰਤਣ ਲਈ ਮਜਬੂਰ ਕੀਤਾ ਗਿਆ ਸੀ ਜਿੱਥੇ ਦੰਗਿਆਂ ਵਿੱਚ 20 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਨੂੰ ਕੈਦ ਕਰ ਲਿਆ ਗਿਆ ਸੀ ਤੂਰ ਦਾ ਕਹਿਣਾ ਕਿ ਉਹਨਾਂ ਦੀ ਬੇਨਤੀ ਦਾ ਉੱਥੋਂ ਦੇ ਮੇਅਰ ਅਤੇ ਕਾਉਂਸਲ 120 ਸਟਰੀਟ ਅਤੇ 121 ਏ ਸਟਰੀਟ ਦੇ ਵਿਚਕਾਰ 75 ਏ ਐਵੇਨਿਊ ਦੇ ਨਾਂ ਨੂੰ ਬਦਲਣ ਦਾ ਸਮਰਥਨ ਕਰ ਰਹੇ ਨੇ ਜੋ ਕਿ 8 ਜੁਲਾਈ ਨੂੰ ਸਰੀ ਸਿਟੀ ਕੌਂਸਲ ਵਿੱਚ ਇੱਕ ਵੋਟ ਰਾਹੀਂ ਫੈਸਲਾ ਲਿਆ ਜਾਵੇਗਾ ਤੂਰ ਦਾ ਕਹਿਣਾ ਹੈ ਕਿ ਜੇਕਰ ਕੌਂਸਲ ਵੱਲੋਂ ਮਨਜ਼ੂਰੀ ਮਿਲ ਗਈ ਤਾਂ ਅਗਲੇ ਮਹੀਨੇ ਦੇ ਅੰਦਰ 75 ਏ ਐਵੇਨਿਊ ਦਾ ਨਾਂ ਬਦਲ ਦਿੱਤਾ ਜਾਵੇਗਾ ਅਤੇ ਕਾਮਾਗਾਟਾ ਮਾਰੂ ਦੇ ਨਾਂ 'ਤੇ ਰੱਖ ਦਿੱਤਾ ਜਾਵੇਗਾ ਉਹਨਾਂ ਆਖਿਆ ਕਿ ਸੜਕ ਦਾ ਨਾਂ ਬਦਲਣ ਦੇ ਨਾਲ ਨਾਲ ਆਰ ਏ ਨਿਕੋਲਸਨ ਪਾਰਕ ਅੱਗੇ ਕਾਮਾਗਾਟਾ ਮਾਰੂ ਦੇ ਇਤਿਹਾਸ ਨੂੰ ਸਮਝਾਉਂਦਾ ਇੱਕ ਸਟੋਰੀ ਬੋਰਡ ਵੀ ਸਥਾਪਿਤ ਕੀਤਾ ਜਾਵੇਗਾ ਕੌਂਸਲ ਵੱਲੋਂ ਮਨਜ਼ੂਰੀ ਮਿਲਣ ਬਾਰੇ ਅੱਗੇ ਅਪਡੇਟ ਕਰ ਦਿੱਤਾ ਜਾਵੇਗਾ He's my grandfather. He was a student in that ship and he was coming here for higher education. Because the large amount of South Asian community is living in Surrey, so family and the community want something to recognize their history. And it's not only a South Asian community history, it's a Canadian history. I was 7 to 8 years old when he used to tell me the stories about the Komagata Maru, how they treated very badly by the Canadian government. So when they arrived in India, how the British to shot them, and 20 were killed on spot, many injured, how they treat very badly. If they know the history, then they will not repeat the history again. And like the street name and also the story board is a good learning tool.
ਰੋਲ ਟੂ ਕਨੈਕਟ ਦੀ ਕੈਨੇਡੀਅਨਸ ਵਿਦ देयर ਹਿਸਟਰੀ। ਰੋਜਰਸ ਕਮਿਊਨੀਕੇਸ਼ਨ ਦੇ ਗਾਹਕਾਂ ਨੂੰ ਐਤਵਾਰ ਸ਼ਾਮ ਨੂੰ ਕਾਲ ਰਾਹੀਂ ਸੰਪਰਕ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੰਪਨੀ ਵਾਲੇ ਦੇਸ਼ ਭਰ ਵਿੱਚ ਵਾਇਰਲੈਸ ਆਊਟਰੇਜ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਨੇ। ਕੰਪਨੀ ਨੇ ਆਪਣੀ ਵੈਬਸਾਈਟ ਉੱਤੇ ਵੀ ਇਸ ਬਾਰੇ ਲੋਕਾਂ ਨੂੰ ਸੂਚਿਤ ਕੀਤਾ ਤੇ ਕਿਹਾ ਕਿ ਦੇਸ਼ ਭਰ ਵਿੱਚ ਕੰਪਨੀ ਦੇ ਵਾਇਰਲੈਸ ਸੇਵਾ ਦੀ ਆਊਟਰੇਜ ਕਾਰਨ ਲੋਕਾਂ ਨੂੰ ਕਾਲ ਅਤੇ ਕਈ ਕਾਲਾਂ ਲੈਣ ਵਿੱਚ ਮੁਸ਼ਕਲ ਹੋ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੂੰ ਅਚਾਨਕ ਕਾਲ ਕੱਟੇ ਜਾਣ ਦੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਕੰਪਨੀ ਨੇ ਆਖਿਆ ਕਿ 2G ਅਤੇ 3G ਗਾਹਕਾਂ ਨੂੰ ਵੌਇਸ ਸੇਵਾਵਾਂ ਨੂੰ ਜਾਰੀ ਰੱਖਣ ਵਿੱਚ ਥੋੜ੍ਹੀ ਦੇਰ ਲਈ ਮੁਸ਼ਕਲ ਹੋਰ ਆ ਸਕਦੀ ਹੈ। ਇਸ ਦੇ ਲਈ ਰੋਚਰਸ ਨੇ ਦੱਸਿਆ ਕਿ ਕਰਮਚਾਰੀ ਜਲਦ ਤੋਂ ਜਲਦ ਇਸ ਰੁਕਾਵਟ ਨੂੰ ਦੂਰ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਨੇ। ਹਾਲਾਂਕਿ ਕੰਪਨੀ ਨੇ ਇਸ ਮੁਸ਼ਕਲ ਦੇ ਦੂਰ ਹੋਣ ਤੱਕ ਦਾ ਕੋਈ ਨਿਰਧਾਰਿਤ ਸਮਾਂ ਨਹੀਂ ਦੱਸਿਆ, ਇੱਥੋਂ ਤੱਕ ਕਿ ਕੋਈ ਅੰਦਾਜ਼ਾ ਵੀ ਨਹੀਂ ਦੱਸਿਆ ਗਿਆ। ਕਾਫੀ ਲੋਕਾਂ ਨੇ ਰੋਚਰਸ ਨੂੰ ਆਪਣੀਆਂ ਸ਼ਿਕਾਇਤਾਂ ਟਵਿੱਟਰ ਆਊਟਲੈਟਸ ਰਾਹੀਂ ਦੱਸੀਆਂ। ਉਹਨਾਂ ਨੂੰ ਕਾਲ ਕਰਨ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਕੰਪਨੀ ਨੂੰ ਕਈ ਗਾਹਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ।